ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅੱਜ ਅਸੀਂ 10ਵੀਂ ਕਲਾਸ ਦੀ ਪੁਸਤਕ ਸਾਹਿਤਮਾਲਾ ਵਿੱਚੋਂ ਕਵਿਤਾ ਭਾਗ ਵਿੱਚ ਦਰਜ ਗੁਰਮਤਿ ਕਾਵਿ ਬਾਰੇ ਪੜ੍ਹਾਂਗੇ। ਗੁਰਮਤਿ ਕਾਵਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਲ ਸ਼ੁਰੂ ਹੁੰਦਾ ਹੈ ਅਤੇ ਹੁਣ ਅਸੀਂ ਕਵਿਤਾ ਗਗਨਮੈ ਥਾਲ ਬਾਰੇ ਪੜ੍ਹਾਂਗੇ, ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਿਤ ਬਾਣੀ ਵਿੱਚੋਂ ਲਈ ਗਈ ਹੈ। ਸਭ ਤੋਂ ਪਹਿਲਾਂ ਅਸੀਂ ਇਸ ਦਾ ਅਧਿਐਨ ਕਰਾਂਗੇ ਕਿ ਇਸ ਨੂੰ ਅਸੀਂ ਕਿਸ ਤਰ੍ਹਾਂ ਪੜ੍ਹਨਾ ਹੈ। ਗਗਨਮੈ ਥਾਲ ਕਵਿਤਾ। ਗਗਨਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨੋ ਪਵਨ ਚਵਰੋ ਕਰੇ ਸਗਲ ਬਨਾਰ ਬਨਰਾਏ ਫੁੱਲਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜਤ ਪੇਰੀ ਰਹਾਉ ਸਹਿਸਤਵ ਨੈਨ ਨੈਨ ਹੈ ਤੋਹੇ ਕਿਉਂ ਸਹਿਸ ਮੂਰਤ ਨਨ ਏਕ ਤੋਹੇ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਮ ਚਲਤ ਮੈਂ ਮੋਹੀ ਸਭ ਮੈਂ ਜੋਤ ਜੋਤ ਹੈ ਸੋਹੇ ਤਿਸਕੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇਂ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਤ ਮਨੋ ਅੰਦਿਨੋ ਮੋ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਿਉਂ ਹੋ ਜਾ ਤੇ ਤੇਰੇ ਨਾਮ ਵਾਸਾ। ਇਸ ਤਰ੍ਹਾਂ ਅਸੀਂ ਇਸ ਕਵਿਤਾ ਦਾ ਅਧਿਐਨ ਕਰਾਂਗੇ ਅਤੇ ਸਭ ਤੋਂ ਪਹਿਲਾਂ ਅਸੀਂ ਇਸਦਾ ਪ੍ਰਸੰਗ ਦੇਖਾਂਗੇ। ਪ੍ਰਸੰਗ ਵਿੱਚ ਅਸੀਂ ਲਿਖਾਂਗੇ, ਇਹ ਕਾਵਿ ਟੋਟਾ ਸਾਹਿਤਮਾਲਾ ਪੁਸਤਕ ਵਿੱਚ ਦਰਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਗਗਨਮੈ ਥਾਲ ਵਿੱਚੋਂ ਲਿਆ ਗਿਆ ਹੈ। ਇਸ ਬਾਣੀ ਵਿੱਚ ਗੁਰੂ ਜੀ ਨੇ ਮੰਦਰਾਂ ਵਿੱਚ ਉਤਾਰੀ ਜਾਂਦੀ ਪ੍ਰਭੂ ਦੀ ਆਰਤੀ ਨੂੰ ਇੱਕ ਫੋਕਟ ਕਰਮ ਕਰਾਰ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਸਾਰੀ ਕੁਦਰਤ ਹਰ ਸਮੇਂ ਸਰਗੁਣ ਤੇ ਨਿਰਗੁਣ ਸਰੂਪ ਵਾਲੇ ਪਰਮਾਤਮਾ ਦੀ ਆਰਤੀ ਉਤਾਰਨ ਤੇ ਆਹਰ ਵਿੱਚ ਲੱਗੀ ਹੋਈ ਹੈ ਅਤੇ ਜੀਵ ਵਿਅਕਤੀਗਤ ਰੂਪ ਵਿੱਚ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਪ੍ਰਭੂ ਦੇ ਭਾਣੇ ਵਿੱਚ ਵਿਚਰਦਿਆਂ ਕੁਦਰਤ ਦੁਆਰਾ ਉਤਾਰੀ ਜਾ ਰਹੀ ਇਸ ਆਰਤੀ ਵਿੱਚ ਸ਼ਰੀਕ ਹੁੰਦਾ ਹੈ। ਇਹਨਾਂ ਸਤਰਾਂ ਵਿੱਚ ਗੁਰੂ ਜੀ ਨੇ ਸਾਰੀ ਕੁਦਰਤ ਦੁਆਰਾ ਉਤਾਰੀ ਜਾ ਰਹੀ ਪ੍ਰਭੂ ਦੀ ਆਰਤੀ ਦਾ ਉਲੇਖ ਕੀਤਾ ਹੈ। ਵਿਆਖਿਆ ਤੋਂ ਪਹਿਲਾਂ ਅਸੀਂ ਔਖੇ ਸ਼ਬਦਾਂ ਦੇ ਅਰਥ ਦੇਖਾਂਗੇ। ਗਗਨਮੈ ਥਾਲ ਅਸਮਾਨ ਰੂਪੀ ਥਾਲ, ਰਵ ਚੰਦ ਦੀਪਕ, ਸੂਰਜ ਤੇ ਚੰਦ ਦੋਵੇਂ ਦੀਵੇ ਦੇ ਸਮਾਨ ਹਨ, ਦੋ ਦੀਪਕ। ਤਾਰਿਕਾ ਮੰਡਲ, ਤਾਰਾ ਮੰਡਲ। ਜਨਕ ਮਾਨੋ, ਮਲਿਆਨੋ, ਮੱਲਿਅ ਪਰਬਤ ਤੋਂ ਆਉਣ ਵਾਲੀ ਸੁਗੰਧਿਤ ਹਵਾ। ਸਗਲ ਸਾਰੀ, ਬਨਰਾਏ ਬਨਸਪਤੀ, ਫੁੱਲਤ ਫੁੱਲਾਂ ਦੀ, ਭਵ ਖੰਡਨਾ ਸੰਸਾਰੀ ਬੰਧਨ ਕੱਟਣ ਵਾਲਾ ਪਰਮਾਤਮਾ, ਅਨਹਤਾ ਅਨਹਦ ਸ਼ਬਦ ਆਤਮ ਮੰਡਲ ਦਾ ਸੰਗੀਤ ਜੋ ਸਮਾਧੀ ਵਿੱਚ ਸੁਣਾਈ ਦਿੰਦਾ ਹੈ, ਵਾਜਤ ਭੇਰੀ ਭੇਰੀਆਂ ਵੱਜਦੀਆਂ ਹਨ। ਅੱਗੇ ਹੁਣ ਵਿਆਖਿਆ। ਗਗਨਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ। ਵਿਆਖਿਆ, ਗੁਰੂ ਜੀ ਫਰਮਾਉਂਦੇ ਹਨ ਕਿ ਆਕਾਸ਼ ਰੂਪੀ ਥਾਲ ਵਿੱਚ ਸੂਰਜ ਅਤੇ ਚੰਦ ਦੀਪਕ ਬਣ ਕੇ ਜਗ ਰਹੇ ਹਨ ਅਤੇ ਤਾਰਾ ਮੰਡਲ ਮਾਨੋ ਮੋਤੀ ਹੈ। ਧੂਪ ਮਲਿਆਨੋ ਪਵਨ ਚਵਰੋ ਕਰੇ ਸਗਲ ਬਨਰਾਏ ਫੁੱਲਤ ਜੋਤੀ, ਮਲਿਆਈ ਪਰਬਤ ਦੇ ਚੰਦਨ ਦੇ ਖੁਸ਼ਬੂਦਾਰ ਰੁੱਖਾਂ ਵਿੱਚੋਂ ਲੱਗ ਕੇ ਆਉਣ ਵਾਲੀ ਪੌਣ ਧੂਪ ਦੇ ਰਹੀ ਹੈ ਤੇ ਚਲਦੀ ਹੋਈ ਪੌਣ ਚਵਰ ਕਰ ਰਹੀ ਹੈ, ਸਾਰੀ ਬਨਸਪਤੀ ਫੁੱਲ ਭੇਂਟ ਕਰ ਰਹੀ ਹੈ। ਅੱਗੇ, ਕੈਸੀ ਆਰਤੀ ਉਹ ਪਵ ਖੰਡਨਾ ਤੇਰੀ ਆਰਤੀ ਅਨਹਦਾ ਸ਼ਬਦ ਵਾਜਤ ਭੇਰੀ ਰਹਾਓ। ਹੇ ਪ੍ਰਭੂ, ਤੇਰੀ ਆਰਤੀ ਹੋ ਰਹੀ ਹੈ ਤੇ ਕਿਸ ਹੈਰਾਨੀਜਨਕ ਢੰਗ ਨਾਲ ਹੋ ਰਹੀ ਹੈ। ਸਾਰੇ ਜੀਵ ਇੱਕ ਰਸ ਵਿੱਚ ਹੋ ਕੇ ਨਗਾਰੇ ਵਜਾ ਰਹੇ ਹਨ। ਹੇ ਪ੍ਰਭੂ, ਸਾਰੀ ਕੁਦਰਤ ਹੀ ਤੇਰੀ ਆਰਤੀ ਉਤਾਰਨ ਦੇ ਕਾਰਜ ਵਿੱਚ ਜੁੱਟੀ ਹੋਈ ਹੈ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਿਉਂ ਸਹਿਸ ਮੂਰਤ ਨਨ ਏਕ ਤੋਹੇ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਮ ਚਲਤ ਮੈਂ ਮੋਹੀ। ਸਭ ਤੋਂ ਪਹਿਲਾਂ ਅਸੀਂ ਔਖੇ ਸ਼ਬਦ ਦੇਖਾਂਗੇ ਇਸ ਪੈਰੇ ਨੇ, ਸਾਹਸ ਹਜ਼ਾਰਾਂ।
तव तेरे नना एक भी नहीं। बिमल निर्मल पद पैर गंध गंध अनुभव करने वाली नासा जां नक। इहदा प्रसंग असीं पहला वाला लिखांगे। अगे व्याख्या। इस विच गुरु जी आखते हन कि हे प्रभु सारे जीवां विच व्यापक होण करके इस सरगुण सरूप विच तेरियां हजारां अखां हन पर निर्गुण सरूप विच तेरी कोई अख भी नहीं है। इसे प्रकार ही तेरे सरगुण सरूप दियां हजारां मूर्तां हन पर निराकार अवस्था विच तेरी कोई मूर्त नहीं है। तेरे सरगुण सरूप दे हजारां निर्मल पैर हन पर निराकार रूप विच तेरा कोई पैर नहीं है। निराकार सरूप विच तू गंध दा अनुभव करन वालियां नासां तों बिना है पर सरगुण सरूप विच तेरियां हजारां नासां हन। अजिहे कोतका नाल तू सब नूं मोया होया है ते इस मोह दी बन्नी हुई सारी कुदरत तेरी आरती उतारन दे आहर विच जुटी हुई है। अगे सब में जोत जोत है सोए तिस्ते चानन सब में चानन होए गुरसाखी जोत प्रगट होए ज्योतिस पावें सो आरती होए हर चरण कमल मकरंद लोभित मनो अनदिनो मोही आही प्यासा कृपा जल दे नानक सारं क्यों हो जाते तेरे नाम वासा। इस पैरे भी औखे शब्द देखते हैं। पहला गुरु साखी गुरु दी सिखिया कमल कवल दा फुल मकरंद फुलां दा रस जा शहद अनदिनो दिन ते रात आही है मोह मेनू सारंग पपीहा क्यों नू होए जाते हो जावे तेरे नाम विच। हुण असीं इसकी व्याख्या करांगे। व्याख्या। गुरु जी आखते हन कि हे प्रभु सारे जीवां विच तेरी जोत है तेरी जोत दा चानन सभना विच है। गुरु दी सिख्या नाल हिरदे विच तेरी जोत प्रगट हुंदी है ते उसदा ज्ञान प्राप्त हुंदा है। हे प्रभु जदों जीव अपने अंदर तेरी जोत दा अनुभव करदा है तां उस नूं तेरे पाणी दा ज्ञान हुंदा है ते उसदा तेरे पाणे विच तुरना ही तेरी आरती उतारना है। हे प्रभु इस प्रकार पाणे विच तुरदा जीव सारी कुदरत द्वारा उतारी जा रही तेरी आरती विच शामिल हो जांदा है। परंतु हे प्रभु तेरे इस पाणे दा ज्ञान देन वाली गुरु दी सिख्या प्राप्त करन लई तेरी कृपा दी जरूरत है। इसे मंतव दी प्राप्ति लई तेरे चरण कमलां दे रस उपर मेरे मन दा भोरा लोभित हो रहा है अते उसनू दिन रात इसनू चूसन दी प्यास लगी रहिंदी है। हे प्रभु मैनू अपनी कृपा दा जल दे ता जो मेरे पपीहे वांग प्यासे मन दी तड़फ मिट सके ते ओ सदा तेरे नाम विच टिकिया रहे क्योंकि तेरे नाम विच टिकन नाल ही तेरी मेहर दी प्राप्ति हो सकती है जो कि सच्चे गुरु नाल मिला सकती है अते सच्चे गुरु दी सिख्या मैनू तेरे पाणे अंदर तोर के कुदरत द्वारा उतारी जा रही तेरी आरती विच शामिल होण ते योग बना सकती है। हुण असीं गगनमय थाल कविता दा केंद्री भाव या सार पढ़ांगे। केंद्री भाव। सारी कुदरत हर समय सरगुण ते निर्गुण स्वरूप वाले प्रभु दी आरती उतारन दे आहर विच जुटी हुई है। जीव प्रभु दे चरणां नाल जुड़ के उसदी कृपा नाल प्राप्त होई गुरु दी सिख्या अनुसार जदों सारे जीवां विच प्रभु दी जोत नूं वसदी अनुभव करके उसदे पाणे विच चलदा है तां ओह वी कुदरत द्वारा उतारी जा रही इस आरती विच शामिल हो जांदा है। हुण असीं कविता गगनमय थाल दे वस्तुनिष्ठ प्रश्न करांगे। एक या दो सत्रां वाले क्वेश्चन भी ने। ये वेरी शॉर्ट क्वेश्चन भी कहिंदे इन्हां नूं। फस्ट क्वेश्चन। गगनमय थाल बाणी विच किसदी आरती उतारी जा रही है? उत्तर पवखंडना परमात्मा दी। सैकेंड क्वेश्चन। पवखंडना परमात्मा दी आरती विच गगन की है? उत्तर थाल। नैक्सट क्वेश्चन। पवखंडना परमात्मा दी आरती विच रव चंद सूरज ते चंद की हन? दीपक ते दीवे। नैक्सट क्वेश्चन। पवखंडना दी आरती विच दीपक केड़ियां चीजां हन? उत्तर सूरज ते चंद। अगला क्वेश्चन। पवखंडना दी आरती विच तारिका मंडल की है? उत्तर मोती।
ਨੈਕਸਟ ਕੁਐਸਚਨ, ਪਵਖੰਡਨਾ ਦੀ ਆਰਤੀ ਉਤਾਰਦਿਆਂ ਪੌਣ ਕੀ ਕਰ ਰਹੀ ਹੈ? ਉੱਤਰ ਚਵਰ। ਅਗਲਾ ਕੁਐਸਚਨ, ਪਵਖੰਡਨਾ ਦੀ ਆਰਤੀ ਉਤਾਰਦਿਆਂ ਚਵਰ ਕੌਣ ਕਰ ਰਿਹਾ ਹੈ? ਉੱਤਰ ਪੌਣ। ਨੈਕਸਟ ਕੁਐਸਚਨ, ਪਵਖੰਡਨਾ ਦੀ ਆਰਤੀ ਉਤਾਰਦਿਆਂ ਬਨਸਪਤੀ ਕੀ ਕਰ ਰਹੀ ਹੈ? ਉੱਤਰ ਫੁੱਲ ਭੇਟਾ। ਨੈਕਸਟ ਕੁਐਸਚਨ, ਪਰਮਾਤਮਾ ਦੀ ਸਰਵ ਵਿਆਪਕ ਜੋਤ ਦਾ ਗਿਆਨ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ? ਉੱਤਰ ਗੁਰੂ ਦੀ ਸਿੱਖਿਆ ਨਾਲ। ਅਗਲਾ ਕੁਐਸਚਨ, ਮਨੁੱਖ ਪਵਖੰਡਨਾ ਦੀ ਕੁਦਰਤ ਦੁਆਰਾ ਉਤਾਰੀ ਜਾ ਰਹੀ ਆਰਤੀ ਵਿੱਚ ਕਿਸ ਤਰ੍ਹਾਂ ਸ਼ਾਮਿਲ ਹੁੰਦਾ ਹੈ? ਉੱਤਰ ਭਾਣੇ ਵਿੱਚ ਰਹਿ ਕੇ ਜਾਂ ਭਾਣੇ ਨੂੰ ਮੰਨ ਕੇ। ਅਗਲਾ ਕੁਐਸਚਨ, ਗਗਨਮੇ ਥਾਲ ਸ਼ਬਦ ਵਿੱਚ ਪਵਖੰਡਨਾ ਦੀ ਆਰਤੀ ਕੌਣ ਉਤਾਰ ਰਿਹਾ ਹੈ? ਉੱਤਰ ਸਾਰੀ ਕੁਦਰਤ। ਨੈਕਸਟ ਕੁਐਸਚਨ, ਗਗਨਮੇ ਥਾਲ ਸ਼ਬਦ ਵਿੱਚ ਪ੍ਰਭੂ ਦਾ ਸਰੂਪ ਸਰਗੁਣ ਦੱਸਿਆ ਹੈ ਜਾਂ ਨਿਰਗੁਣ? ਉੱਤਰ ਸਰਗੁਣ ਅਤੇ ਨਿਰਗੁਣ ਦੋਵੇਂ। ਧੰਨਵਾਦ।